ਆਪਣੇ ਪਿਤਾ ਜੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮੇਰਾ ਸਿੱਖ ਜਿਹੜਾ ਹੈ, ਮੇਰਾ ਪੁੱਤਰ ਜਿਹੜਾ ਹੈ, ਉਹ ਕੇਸਾ ਧਾਰੀ ਹੋਵੇ ਤੇ ਸ਼ਸਤਰ ਧਾਰੀ ਹੋਵੇ। ਜੇ ਦੋ ਚੀਜ਼ਾਂ ਸਿੱਖ ਕੋਲ ਨਹੀਂ, ਭਾਵੇਂ ਕਿੰਨੀ ਤਪੱਸਿਆ ਕਰਦਾ, ਮੈਂ ਉਹਨੂੰ ਦਰਸ਼ਨ ਨਹੀਂ ਕਦੇ ਦੇਵਾਂਗਾ। ਬਿਨਾਂ ਸ਼ਸਤਰ ਕੇ ਸਿੰਘ ਨੜ ਨੂੰ ਭੇਟ ਜਾਣੋ, ਗਹਿ ਕਾਣ ਤਾ ਕੋ ਕੀਤਾ ਲੈ ਸੁਧਾਨੋ, ਇਹੀ ਮੋੜ ਆ ਗਿਆ ਸੁਣੋ ਸਿੱਖ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ।